ਪੰਜਾਬ ਦਾ ਕਿਸਾਨ ਮੁੱਖ ਤੌਰ ਤੇ ਰਵਾਇਤੀ ਫਸਲਾਂ ਤੇ ਨਿਰਭਰ ਹੈ ਪਰੰਤੂ ਜੇਕਰ ਇਸ ਵਿੱਚਕਾਰ ਕੁਝ ਅਜਿਹੇ ਵੀ ਕਿਸਾਨ ਹਨ ਜੋ ਕੁਝ ਵੱਖ ਕਰਨ ਦੀ ਸੋਚ ਮੰਨ ਵਿੱਚ ਧਾਰ ਕੇ ਰਵਾਇਤੀ ਫਸਲਾਂ ਦੇ ਚੱਕਰਾਂ ਵਿੱਚੋਂ ਬਾਹਰ ਨਿਕਲ ਵੱਖ-ਵੱਖ ਉਪਰਾਲੇ ਕਰ ਰਹੇ ਹਨ ਇਸੇ ਤਰ੍ਹਾਂ ਦਾ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵੱਡੇ ਘੁੰਮਣ ਦੇ ਰਹਿਣ ਵਾਲੇ ਕਿਸਾਨ ਸ਼ੇਰਪੰਜਾਬ ਸਿੰਘ ਕਲੋਂ ਜੋ ਕੁਝ ਪਿਛਲੇ ਸਾਲਾਂ ਤੋਂ ਸਟ੍ਰਾਬੇਰੀ ਦੀ ਖੇਤੀ ਕਰ ਚੰਗੀ ਆਮਦਨ ਕਮਾ ਰਿਹਾ ਹੈ ਅਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਹੀ ਕਿਸਾਨੀ ਲਾਹੇਵੰਦ ਹੋ ਸਕਦੀ ਹੈ ਸ਼ੇਰ ਪੰਜਾਬ ਸਿੰਘ ਕਹਿੰਦਾ ਜਿਹੜੀ ਸਟੋਰੀ ਲਾਈ ਹੈ ਹਾਂਜੀ ਕਿੱਥੋਂ ਆਈ ਆ ਤੁਹਾਡੇ ਮਨ ਚ ਸਰ ਐਕਚੁਅਲੀ 2002 ਦਾ ਇਹ ਇਹ ਆਈਡੀਆ ਸੀ ਮੇਰੇ ਦਿਮਾਗ ਚ ਪਰ ਪ੍ਰੋਪਰ ਮੈਨੂੰ ਗਾਈਡੈਂਸ ਨਹੀਂ ਸੀ ਹੈ ਕਿ ਪ੍ਰੋਪਰ ਮੈਨੂੰ ਪਤਾ ਨਹੀਂ ਸੀ ਇਹ ਕੰਮ ਦੀ ਸ਼ੁਰੂਆਤ ਕਿੱਥੋਂ ਕਰਨੀ ਹੈ ਸੋ ਇਸ ਕਰਕੇ ਥੋੜਾ ਜਿਆਦਾ ਟਾਈਮ ਲੱਗ ਗਿਆ ਫਿਰ ਮੈਨੂੰ ਪ੍ਰੋਪਰ ਮੈਦੀ ਨੋਲੇਜ ਲਈ ਔਰ 2014 ਦੇ ਵਿੱਚ ਮੈਂ ਇਹ ਸ਼ੁਰੂਆਤ ਕੀਤੀ ਸੀ ਇਹਦੀ ਔਰ ਇਹਦੀ ਸ਼ੁਰੂਆਤ ਕਰਨ ਦਾ ਕਾਰਨ ਇਦਾਂ ਬਣਿਆ ਕਿ ਮੇਰੇ ਲੱਗੇ ਇੱਕ ਮੈਡਮ ਅਮਰਜੀਤ ਕੌਰ ਨੇ ਔਰ ਉਹ ਖਾਲਸਾ ਕਾਲਜ ਚ ਪ੍ਰੋਫੈਸਰ ਲੱਗੇ ਨੇ ਔਰ ਉਹ ਹਾਰਟੀਕਲਚਰ ਨੂੰ ਡੀਲ ਕਰਦੇ ਨੇ ਔਰ ਉਹ ਬੱਚਾਂ ਕੋ ਟ੍ਰਾਇਲ ਲਉਂਦੇ ਸੀ ਸਟਰਾਬਰੀ ਦਾ ਮੈਂ ਉਹਨਾਂ ਦੇ ਕੋਲ ਗਿਆ ਉਹਨਾਂ ਕੋ ਪ੍ਰੋਪਰ ਨੋਲੇਜ ਲਈ ਕਿ ਇਹ ਸਟਰਾਬਰੀ ਦੀ ਸ਼ੁਰੂਆਤ ਕਰਨੀ ਕਿੱਦਾਂ ਕਰਾਂ ਤੇ ਕਿੱਥੋਂ ਕਰਾਂ ਉਹਨਾਂ ਨੇ ਫਿਰ ਮੈਨੂੰ ਇੱਕ ਰੈਫਰੈਂਸ ਦਿੱਤੀ ਸੀ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਇੱਕ ਸਵਾਲ ਪਿੰਡ ਹੁੰਦਾ ਉੱਥੇ ਖਰਜਿੰਦਰ ਸਿੰਘ ਜੀ ਹੁਣੀ ਉਹ ਸਟਰਾਬਰੀ ਦਾ ਕੰਮ ਆਲਰੇਡੀ ਕਰ ਰਹੇ ਨੇ ਸੁਖਜਿੰਦਰ ਸਿੰਘ ਹੁਣੀ ਸਟਰਾਬਰੀ ਦਾ ਕੰਮ ਕਰ ਰਹੇ ਨੇ ਔਰ ਉਹ ਪੰਜਾਬ ਸਰਕਾਰ ਉਹਨਾਂ ਨੇ ਸਨਮਾਨਿਤ ਵੀ ਕੀਤਾ ਗਿਆ ਸੀ ਮੈਂ ਫਿਰ ਉਹਨਾਂ ਦੇ ਪਿੰਡ ਗਿਆ ਉਹਨਾਂ ਕੋਲ ਪ੍ਰੋਪਰ ਨੋਲੇਜ ਲਈ ਗਾਈਡੈਂਸ ਲਈ ਉਹਨਾਂ ਕੋਲ ਪlant ਲਈ ਔਰ ਫਿਰ ਸਲੋਲੀ ਸਲੋਲੀ ਇੰਡੀਪੈਂਡੈਂਟਲੀ ਜਦੋਂ ਮੈਂ ਖੁਦ ਟ੍ਰੇਨਡ ਹੋ ਗਿਆ ਇਹਦੇ ਵਿੱਚ ਕੰਮ ਚ ਪੂਰਾ ਫਿਰ ਮੈਂ ਇੰਡੀਪੈਂਡੈਂਟੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਲੈਵਲ ਤੇ ਸਰ ਕਿੰਨੀ ਜਗ੍ਹਾ ਚ ਲਈ ਤੇ ਕਿੰਨੀ ਹੁੰਦੀ ਹੈ ਸਰ ਇਹ ਟੋਟਲ ਜਦੋਂ ਸਟਾਰਟਿੰਗ ਕੀਤੀ ਸੀ ਉਦੋਂ ਮੈਂ 2 ਕਨਾਲ ਤੋਂ ਕੀਤੀ ਸੀ ਔਰ 7000 ਪlant ਸੀ ਮੇਰੇ ਕੋਲ ਕਿ ਤੁਸੀਂ ਪ੍ਰੋਡਕਸ਼ਨ ਉਨੀ ਕਰੋ ਜਿੰਨੇ ਤੁਹਾਡੇ ਕੋਲ ਕਸਟਮਰ ਹੈ ਕਿਉਂਕਿ ਇਹਦਾ ਮੁੱਲ ਸਹੀ ਨਹੀਂ ਪੈਂਦਾ ਮੰਡੀਆਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਸੋ ਫਿਰ ਮੈਂ ਆਪਣੇ ਕਸਟਮਰ ਤਿਆਰ ਕੀਤੇ ਜਿਹੜੇ ਇਹਨੂੰ ਲਾਈਕ ਕਰਦੇ ਇਹਨੂੰ ਖਾਂਦੇ ਨੇ ਸਲੋਲੀ ਸਲੋਲੀ ਫਿਰ ਮੈਂ ਇਹਦਾ ਹੌਲੀ ਹੌਲੀ ਦੀ ਮੈਂ ਪ੍ਰੋਡਕਸ਼ਨ ਜਿਹੜੀ ਉਹ ਵਧਾਈ ਹੁਣ ਮੇਰੇ ਕੋਲ ਅੱਧਾ ਕਿੱਲਾ ਹੈ ਹੋਰ ਕੋਈ ਨੀਅਰ ਬੋਰਡ 15000 14-15000 ਪਲਾਂਟ ਹੈ ਮੇਰੇ ਕੋਲ ਸਰ ਕਿੰਨੇ ਪੈਸੇ ਬਚ ਜਾਂਦੇ ਤੁਹਾਨੂੰ ਵਿੱਚ ਸਰ ਜੇ ਪੈਸੇ ਬਚਣ ਦੀ ਗੱਲ ਕਰੀਏ ਪਹਿਲਾਂ ਤਾਂ ਮੈਂ ਬਹੁਤ ਸਟਰਗਲ ਕੀਤਾ ਕਿਉਂਕਿ ਅਸਲ ਸਾਲ ਪਹਿਲਾਂ ਤੇ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਸੀ ਸਟ ਉਹਨ ਲੋਕਾਂ ਨੂੰ ਜਾਗਰੂਕਤਾ ਪੈਦਾ ਹੋਈ ਜਨ ਪਤਾ ਲੱਗ ਗਿਆ ਤੇ ਉਹਨ ਲੋਕ ਇਹਨੂੰ ਖਾਂਦੇ ਵੀ ਇਹਦਾ ਟੇਸਟ ਖੱਟਾ ਮਿੱਠਾ ਸੋ ਜਿਹੜੇ ਖਾਂਦੇ ਆ ਬਹੁਤ ਲਾਈਕ ਕਰਦੇ ਨੇ ਸੋ ਹੁਣ ਕਾਫੀ ਕਸਟਮਰ ਬਣ ਚੁੱਕੇ ਨੇ ਔਰ ਜਿੱਥੇ ਆਮਦਨ ਦੀ ਗੱਲ ਆ ਤੇ ਕਾਫੀ ਘਾਟੇ ਖਾਦੇ ਮੈਂ ਸਟਾਰਟਿੰਗ ਦੇ ਵਿੱਚ ਕਾਫੀ ਮੈਨੂੰ ਨੁਕਸਾਨ ਚ ਝੱਲਣਾ ਪਿਆ ਪਰ ਹੁਣ ਮੈਂ ਆਪਣੇ ਵਾਅਦੇ ਵੱਲ ਜਾ ਰਿਹਾ ਮਤਲਬ ਮੈਨੂੰ ਪਤਾ ਲੱਗ ਗਿਆ ਕਿ ਇਹਨੂੰ ਵੇਚਣਾ ਕਿੱਦਾਂ ਔਰ ਇਹਦੇ ਪ੍ਰਾਈਸ ਕੀ ਆ ਅਜੇ ਵੀ ਪ੍ਰਾਈਸ ਉਹਨਾਂ ਨਹੀਂ ਮਿਲ ਰਿਹਾ ਜਿੰਨਾ ਇਹ ਤਾਂ ਹੋਣਾ ਚਾਹੀਦਾ ਕਿਉਂਕਿ 50 ਰੁਪਈਆ ਦਾ ਪੈਕੇਟ ਵਿਕ ਰਿਹਾ ਸੋ so, 50 ਰੁਪਏ ਦਾ ਪੈਕੇਟ ਦੇ ਨਾਲ ਜਿੰਨੀ ਤੇ ਲਾਗਤ ਹੁੰਦੀ ਹੈ ਉਹਦੇ ਹਿਸਾਬ ਨਾਲ ਇੱਕ ਟੋਕੜ 80 90 ਰੁਪਏ ਦਾ ਇੱਕ ਪੈਕੇਟ ਜਾਵੇ ਤੇ ਫਿਰ ਇਹ ਬਹੁਤ ਕੁਝ ਤੁਹਾਨੂੰ ਮਤਲਬ ਕਿ ਓਕੇ ਕਰਕੇ ਜਾਂਦੀ ਫਿਰ ਆਪਾਂ ਸਰ ਐਗਰੀਕਲਚਰ ਵਾਲੇ ਤੁਹਾਨੂੰ ਕੋਈ ਮਦਦ ਮਿਲੀ ਕੋਈ ਐਗਰੀਕਲਚਰ ਵਾਲੋਂ ਜੇ ਗੱਲ ਕਰੀ ਤੇ ਐਗਰੀਕਲਚਰ ਸਰਕਾਰਾਂ ਦੀ ਗੱਲ ਕਰੇ ਸ਼ੁਰੂ ਤੋਂ ਹੀ ਇਹ ਕਿਸਾਨਾਂ ਦੇ ਫੇਵਰ 'ਚ ਨਹੀਂ ਰਹੇ ਨਾ ਇਹਨਾਂ ਨੇ ਕਦੀ ਕਿਸਾਨਾਂ ਲਈ ਕੁਝ ਕੀਤਾ ਜੇ ਕਿਸਾਨਾਂ ਲਈ ਇਹਨਾਂ ਨੇ ਕੁਝ ਕੀਤਾ ਹੁੰਦਾ ਤੇ ਮੈਂ ਨਹੀਂ ਸਮਝਦਾ ਸਾਡੇ ਅੱਜ ਕਿਸਾਨ ਦਿੱਲੀ 'ਚ ਬੈਠੇ ਹੁੰਦੇ ਤੇ 400 ਤੋਂ ਉੱਤੇ ਸਾਡੇ ਕਿਸਾਨ ਸ਼ਹੀਦ ਹੋ ਜਾਂਦੇ ਸੋ ਇਹ ਸਾਰੀ ਸਰਕਾਰਾਂ ਦੀ ਮਿਹਲੀ ਭੁਗਤਿਆ ਜੋ ਵੀ ਇੱਥੇ ਕਰਨਾ ਪਊਗਾ ਕਿਸਾਨ ਨੂੰ ਆਪ ਕਰਨਾ ਪਊਗਾ ਜਿੰਨੇ ਚਿਰ ਤੱਕ ਕਿਸੇ ਅਸੀਂ ਆਪਣੇ ਸਾਰੇ ਹੱਕ ਜਾਂ ਆਪਣੇ ਰਾਈਟ ਨਹੀਂ ਲੈ ਲੈਂਦੇ ਸਰਕਾਰਾਂ ਕੋਲ ਸਰ ਜਦੋਂ ਇਹਦਾ ਸੀਜ਼ਨ ਚੱਲ ਜਾਂਦਾ ਉਸ ਤੋਂ ਬਾਅਦ ਕੀ ਲਗਾਉਂਦੇ ਵੇਖੋ ਜਦੋਂ ਸੀਜ਼ਨ ਚੱਲ ਜਾਂਦਾ ਉਸ ਤੋਂ ਬਾਅਦ ਫਿਰ ਹੁਣ ਇੱਥੇ ਝੋਨਾ ਲਾਜਣਾ ਜੋ ਸੀਜ਼ਨਲ ਚੱਲਦਾ ਤੇ ਕਣਕ ਦੇ ਸੀਜ਼ਨ 'ਚ ਸਟ੍ਰਾਬਰੀ ਚੱਲਦੀ ਹੈ ਜਦੋਂ ਆਪਾਂ ਕਣਕ ਵੀ ਜਣੀ ਹੁੰਦੀ ਉਦੋਂ ਸਟ੍ਰਾਬਰੀ ਲੱਗ ਜਾਂਦੀ ਹੈ ਔਰ ਜਦੋਂ ਸਟ੍ਰਾਬਰੀ ਖਤਮ ਹੁੰਦੀ ਫਿਰ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਫਿਰ ਆਪਾਂ ਇੱਥੇ ਝੋਨਾ ਲਾ ਦਿੰਦੇ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਕਿ ਮੈਂ ਇਹਨੂੰ ਆਰਗੈਨਿਕ ਤਰੀਕੇ ਨਾਲ ਯੂ ਮੇਰਾ ਇਹ ਸ਼ੌਂਕ ਦਾ ਕੰਮ ਹੈ ਕਿ ਮੈਂ ਸ਼ੌਂਕ ਲਈ ਕੰਮ ਕਰ ਰਿਹਾ ਹਾਂ ਪੈਸੇ ਕਮਾਉਣ ਲਈ ਜਾਂ ਮੈਲ ਖੜੇ ਕਰਨ ਲਈ ਨਹੀਂ ਕਰ ਰਿਹਾ ਜਦੋਂ ਬੰਦਾ ਕੰਮ ਸ਼ੌਂਕ ਲਈ ਕਰਦਾ ਤਾਂ ਫਿਰ ਕੋਸ਼ਿਸ਼ ਕਰਦਾ ਕਿ ਬੈਸਟ ਚੀਜ਼ ਜਿਹੜੀ ਮਾਰਕੀਟ ਵਿੱਚ ਜਾਵੇ ਔਰ ਲੋਕਾਂ ਤੱਕ ਪਹੁੰਚੇ ਬਾਕੀ ਜ਼ਿੰਮੇਵਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਦੇਖੋ ਮੈਂ ਬਾਕੀ ਜ਼ਿੰਮੇਵਾਰਾਂ ਨੂੰ ਤੇ ਇਹੋ ਸੰਦੇਸ਼ ਦਵਾਂਗਾ ਕਿ ਸਾਰੇ ਜਣੇ ਕੋਈ ਨਾ ਕੋਈ ਉਪਰਾਲਾ ਕਰਦੇ ਰਹਿਣ ਉਹ ਕੋਈ ਡਿਫਰੈਂਟ ਕੰਮ ਕਰਨ ਇਸ ਕਣਕ ਝੋਨੇ ਤੋਂ ਸਾਨੂੰ ਬਾਹਰ ਹੋਣਾ ਪੈਣਾ ਕਿਉਂਕਿ ਜੋ ਸਰਕਾਰਾਂ ਦੀ ਨੀਤੀਆਂ ਨੇ ਸਾਡੇ ਕਿਸਾਨਾਂ ਦੇ ਪ੍ਰਤੀ ਮੈਨੂੰ ਨਹੀਂ ਲੱਗਦਾ ਕਿ ਆਪਾਂ ਜੇ ਇੱਕੋ ਅਨੇਕਾਂ ਤਰ੍ਹਾਂ ਦੇ ਫਰੂਟ ਨੇ ਹੋਰ ਕਈ ਤਰ੍ਹਾਂ ਦੀਆਂ ਸਬਜ਼ੀਆਂ ਨੇ ਜਿੱਥੇ ਜਿੱਦੂ ਜਿੱਦਾਂ ਸਹੀ ਲੱਗਦਾ ਉਹ ਉਸ ਕੰਮ ਨੂੰ ਜ਼ਰੂਰ ਅਪਣਾਵੇ ਹੋਰ ਉਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੇ ਅੱਜ ਤੱਕ अनेका ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਬਸਾਉਣ ਵਾਲੇ ਮਨੀਸ਼ ਅਚਾਰੀਆ ਸੰਪਰਕ ਕਰੋ 9869900755 ਪਤਾ ਫਗਵਾੜਾ ਪੰਜਾਬ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਖੋਇਆ ਪਿਆਰ ਵਾਪਸ ਪਾਉਣਾ ਲਵ ਮੈਰਿਜ ਸੌਦਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਬਿਮਾਰੀ 'ਚ ਦਵਾ ਨਾ ਲੱਗਣਾ ਵਿਦੇਸ਼ 'ਚ ਪੱਕਾ ਹੋਣਾ ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਉ ਲਾਟਰੀ ਨੰਬਰ ਪਾਉ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ 9969900755